ਦੋਸਤੋ ਇਹ ਹੈ ਮਹਿਰਾ ਵੀਡੀਓਜ਼ ਦਾ ਹੈਲਪ ਡੈਸਕ ਤੇ ਦੋਸਤੋ ਹੁਣ ਦੇ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਇੱਕ ਪ੍ਰਾਈਵੇਟ ਕੰਪਨੀ ਦੀ ਜੌਬ ਦੇ ਬਾਰੇ ਦੋਸਤੋ ਇਹ ਜਿਹੜੀ ਜੌਬ ਹੈ ਇਹ ਬਰਨਾਲਾ ਸ਼ਹਿਰ ਦੀ ਜੌਬ ਹੈ ਤੇ ਇਸ ਦੇ ਵਿੱਚ RS ਇੰਟਰਪ੍ਰਾਈਜ਼ਸ ਹੰਡਿਆਇਆ ਰੋਡ ਬਰਨਾਲਾ ਦੋਸਤੋ ਇਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਜ਼ਰੂਰਤ ਹੈ ਮਲਟੀਟਾਸਕਿੰਗ ਸਟਾਫ ਦੀ ਇਹਨਾਂ ਨੂੰ ਸਿਰਫ 3 ਲੜਕੇ ਚਾਹੀਦੇ ਨੇ ਮਲਟੀਟਾਸਕਿੰਗ ਦੇ ਕੰਮ ਦੇ ਲਈ ਤੇ ਕੈਂਡੀਡੇਟ ਦੀ ਜੋ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਉਹ ਘੱਟੋ ਘੱਟ 8ਵੀਂ 10ਵੀਂ ਜਾਂ ਫਿਰ 12ਵੀਂ ਹੋਣੀ ਚਾਹੀਦੀ ਹੈ ਦੋਸਤੋ ਚਾਹੇ ਕੈਂਡੀਡੇਟ 8ਵੀਂ ਪੜ੍ਹਿਆ ਚਾਹੇ 10ਵੀਂ ਪੜ੍ਹਿਆ ਚਾਹੇ 12ਵੀਂ ਪੜ੍ਹਿਆ ਇਹਨਾਂ ਕੋਲ ਜਾ ਕੇ ਇਹਨਾਂ ਨਾਲ ਗੱਲ ਕਰ ਸਕਦਾ ਤੇ ਦੋਸਤੋ ਤੁਹਾਡੀ ਜੋ ਸਟਾਰਟਿੰਗ ਸੈਲਰੀ ਹੋਏਗੀ ਉਹ ਹੋਏਗੀ ਮਤਲਬ ਕਿ ਜਿਹੜੀ ਤੁਹਾਨੂੰ ਸ਼ੁਰੂਆਤੀ ਤੌਰ ਤੇ ਜਿਹੜੀ ਤੁਹਾਨੂੰ ਸ਼ੁਰੂਆਤੀ ਸੈਲਰੀ ਮਿਲੇਗੀ ਉਹ ਮਿਲੇਗੀ 8,000 ਰੁਪਏ ਤੇ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਦੇਖੋ ਇਹ ਜੋ ਇਹਨਾਂ ਨੂੰ ਕੈਂਡੀਡੇਟ ਚਾਹੀਦੇ ਨੇ ਇਹ ਸਿਰਫ ਮੇਲ ਕੈਂਡੀਡੇਟ ਚਾਹੀਦੇ ਨੇ ਮਤਲਬ ਕਿ ਸਿਰਫ ਲੜਕੇ ਚਾਹੀਦੇ ਨੇ ਤੇ ਇਹਨਾਂ ਨੂੰ ਜੋ ਕੈਂਡੀਡੇਟ ਚਾਹੀਦੇ ਨੇ ਉਹ ਸਿਰਫ ਇਹਨਾਂ ਨੂੰ ਲੋਕਲ ਕੈਂਡੀਡੇਟ ਚਾਹੀਦੇ ਨੇ ਜਾਂ ਫਿਰ ਬਰਨਾਲਾ ਦੇ ਕੈਂਡੀਡੇਟ ਹੋਣ ਜਾਂ ਫਿਰ ਬਰਨਾਲਾ ਤੋਂ 10 ਕਿਲੋਮੀਟਰ ਦੇ ਅੰਦਰ ਅੰਦਰ ਦੇ ਘੇਰੇ ਦੇ ਅੰਦਰ ਜੋ ਕੈਂਡੀਡੇਟ ਇਹਨਾਂ ਕੋਲੇ ਜਾ ਕੇ ਅਪਲਾਈ ਕਰਨਾ ਚਾਹੁੰਦਾ ਉਹ ਕਰ ਸਕਦਾ ਮਤਲਬ ਕਿ ਸਿਰਫ ਇਹਨਾਂ ਨੂੰ ਬਰਨਾਲਾ ਜਾਂ ਫਿਰ ਬਰਨਾਲਾ ਦੇ ਆਸ-ਪਾਸ ਦੇ ਹੀ ਕੈਂਡੀਡੇਟ ਚਾਹੀਦੇ ਨੇ ਹੋਰ ਕੋਈ ਵੀ ਕੈਂਡੀਡੇਟ ਇਹਨਾਂ ਨੂੰ ਕੰਟੈਕਟ ਨਾ ਕਰੇ ਤੇ ਦੋਸਤੋ ਬਾਕੀ ਇਹਨਾਂ ਨਾਲ ਜੇ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਤਾਂ ਇਹ ਇਹਨਾਂ ਦਾ ਕੰਟੈਕਟ ਨੰਬਰ ਨੇ ਤੇ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੋਰ ਹੈ ਕਿ ਜੋ ਕੈਂਡੀਡੇਟ ਇਹਨਾਂ ਨਾਲ ਕੰਟੈਕਟ ਕਰੇਗਾ ਉਹਨੂੰ ਘੱਟੋ ਘੱਟ ਬਾਈਕ ਤੇ ਗੱਡੀ ਜ਼ਰੂਰ ਹੋਣੀ ਚਾਹੀਦੀ ਮਤਲਬ ਕਿ ਬਾਈਕ ਤੇ ਕਾਰ ਉਹਨਾਂ ਨੂੰ ਜ਼ਰੂਰ ਆਉਣੀ ਚਾਹੀਦੀ ਆ ਤੇ ਦੋਸਤੋ ਇਹੀ ਇੱਕ ਇਹਨਾਂ ਦੀ ਛੋਟੀ ਜਿਹੀ ਰਿਕੁਆਇਰਮੈਂਟ ਸੀ ਤੇ ਦੋਸਤੋ ਦੇਖੋ ਜੇ ਤੁਹਾਨੂੰ ਇਸ ਤਰ੍ਹਾਂ ਦੇ ਜੌਬਸ ਚੰਗੀਆਂ ਲੱਗਦੀਆਂ ਨੇ ਲੋਕਲ ਜੌਬਸ ਤਾਂ ਤੁਸੀਂ ਇਹਦੇ ਲਈ ਕਰਨਾ ਕੀ ਹੈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਤੁਸੀਂ ਨਾਲ ਦਿੱਤੇ ਬੈਲ ਦਾ ਆਈਕਨ ਨੂੰ ਵੀ ਐਕਟੀਵੇਟ ਕਰ ਲੈਣਾ ਇਹਦਾ ਫਾਇਦਾ ਇਹ ਹੋਊਗਾ ਕਿ ਉਦੋਂ ਬਾਅਦ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂਗੇ ਤਾਂ ਉਹਦੀ ਜਾਣਕਾਰੀ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੂਗੀ ਤਾਂ ਦੋਸਤੋ ਇਹ ਇੱਕ ਛੋਟਾ ਜਿਹਾ ਚੈਪਟਰ ਸੀ ਬਾਕੀ ਆਪਾਂ ਮਿਲਦੇ ਹਾਂ ਬਹੁਤ ਜਲਦ ਤਦ ਤੱਕ ਦੇ ਲਈ ਗੁੱਡ ਬਾਏ।